ਹਰਚਰਨ ਸਿੰਘ ਜੋ ਕਿ ਬੀਤੀ ਦਿਨ ਕੁੜੀ ਦੇ ਬਲਾਉਂਡ ਤੇ ਉਹਨਾਂ ਦੇ ਪਿੰਡ ਆ ਤੇ ਕੁੜੀ ਦੇ ਚਾਚੇ ਤੇ ਭਰਾ ਵੱਲੋਂ ਹਰਚਰਨ ਨੂੰ ਬੁਰੀ ਤਰ੍ਹਾਂ ਕੁੱਟ ਮਾਰ ਕੇ ਕਰੰਟ ਲਾ ਕੇ ਮਾਰ ਦਿੱਤਾ। ਹਰਚਰਨ ਸਿੰਘ ਘਰਦਿਆਂ ਦਾ ਇਕੱਲਾ-ਕੱਲਾ ਪੁੱਤਰ ਸੀ ਤੇ ਉਸ ਦੀਆਂ ਚਾਰ ਭੈਣਾਂ ਸਨ ਤੇ ਉਸ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਇਸ ਸਮੇਂ ਦੌਰਾਨ ਹਰਚਰਨ ਸਿੰਘ ਆਈਲਰਜੀ ਦੀ ਤਿਆਰੀ ਕਰ ਰਿਹਾ ਸੀ ਤਾਂ ਜੋ ਉਹ ਬਾਹਰ ਜਾ ਕੇ ਉੱਚ ਪੱਧਰੀ ਪੜ੍ਹਾਈ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਦਾ ਤੇ ਘਰ ਦੀ ਗਰੀਬੀ ਦੂਰ ਕਰਦਾ। ਪਰ ਕੁੜੀ ਦੇ ਚਾਚੇ ਵੱਲੋਂ ਮੁੰਡੇ ਨੂੰ ਮਾਰ ਕੇ ਉਹਨਾਂ ਦੇ ਘਰ ਤੇ ਕੈਰੀਟਾ ਦਿੱਤਾ ਹਰਚਰਨ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਪਿੰਡ ਵਾਲਿਆਂ ਦੇ ਦਬਾਅ ਹੇਠ ਆ ਕੇ ਜਲਦੀ ਕਾਰਵਾਈ ਕੀਤੀ ਪੁਲਿਸ ਨੇ ਕੁੜੀ ਦੀ ਮਾਂ ਨੂੰ ਤੇ ਵੱਡੇ ਭੈਣ ਨੂੰ ਘਰੋਂ ਚੱਕ ਲਿਆ ਦੋਸ਼ੀ ਕੁੜੀ ਦਾ ਚਾਚਾ ਤੇ ਭਰਾ ਫਰਾਰ ਹਨ ਹਰਚਰਨ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਮੁੰਡੇ ਇੱਕ बेहोਸ਼ ਹੋਈ ਕੁੜੀ ਨੂੰ ਚੱਕ ਕੇ ਮੰਜੇ ਤੇ ਰੱਖ ਰਹੇ ਹਨ ਤੇ ਉਸ ਵੀਡੀਓ ਨੂੰ ਸ਼ੇਅਰ ਕਰਕੇ ਕਿਹਾ ਜਾ ਰਿਹਾ ਹੈ ਕਿ ਹਰਚਰਨ ਦੀ ਗਰਲਫ੍ਰੈਂਡ ਨੇ ਆਤਮ ਹੱਤਿਆ ਕਰ ਲਈ ਹੈ ਪਰ ਜਦੋਂ ਸਾਡੀ ਪੂਰੀ ਟੀਮ ਨੇ ਇਸ ਗੱਲ ਦੇ पुष्टि ਕੀਤੀ ਤਾਂ ਪਤਾ ਲੱਗਾ ਵੀਡੀਓ 2-3 ਮਹੀਨੇ ਪੁਰਾਣੀ ਹੈ ਉਸ ਵੀਡੀਓ ਦਾ ਹਰਚਰਨ ਦੇ ਕੇਸ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ ਇਸ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰਚਰਨ ਸਿੰਘ ਦੇ ਘਰਦਿਆਂ ਨੂੰ ਇਨਸਾਫ ਮਿਲ ਸਕੇ ਤੇ ਦੋਸ਼ੀਆਂ ਨੂੰ ਜਲਦ ਹੀ ਸਲਾਖਾਂ ਪਿੱਛੇ ਸੁਟਿਆ ਜਾਵੇ ਤੁਹਾਡੇ ਹਰਚਰਨ ਤੇ ਮਨਪ੍ਰੀਤ ਦੇ ਕੇਸ ਨੂੰ ਲੈ ਕੇ ਕੀ ਵਿਚਾਰ ਨੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ